बलकौर सिंह अपने पोते सिद्धू मूसेवाला लई इंसाफ मंगण लई जलंधर जा रहे ने। 5 ते 6 मई दा दिन मिथिया गया है। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। 5 ਤਰੀਕ ਦਿਨ ਸ਼ੁੱਕਰਵਾਰ ਨੂੰ ਸਾਰੇ ਜਲੰਧਰ ਵਾਸੀਆਂ ਦੇ ਚਰਨਾਂ 'ਚ ਇੱਕ ਬੇਨਤੀ ਲੈ ਕੇ ਆ ਰਿਹਾ। ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਜਸਟਿਸ ਸਿੱਧੂ ਮੂਸੇਵਾਲਾ, ਵੈਸੇ ਤਾਂ ਹਰ ਇੱਕ ਸੰਡੇ ਨੂੰ ਸਾਰੇ ਭੈਣ ਭਰਾਵਾਂ ਨੂੰ ਮੈਂ ਬੇਨਤੀ ਕਰਦਾ ਹੀ ਹਾਂ, ਪਰ ਇੱਕ ਤੁਹਾਡੇ ਦੁਆਰ 'ਤੇ ਆ ਕੇ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਕਰਕੇ ਜਾਊਂਗਾ। ਜਸਟਿਸ ਦੇ ਸੰਬੰਧ ਦੇ ਵਿੱਚ ਇਲੈਕਸ਼ਨ ਦਾ ਵੇਲਾ ਹੈ, ਸਰਕਾਰ ਤੁਹਾਡੇ ਦਰ 'ਤੇ ਪਹੁੰਚੀ ਹੋਈ ਹੈ ਅਤੇ ਕੁਛ 10 ਬੇਨਤੀਆਂ ਲੈ ਕੇ ਤੁਹਾਡੇ ਚਰਨਾਂ 'ਚ ਪਹੁੰਚੂਗਾ। ਤਾਂ ਆਪਾਂ ਬਲੋਕ ਤੋਂ ਸਟਾਰਟ ਕਰਾਂਗੇ। ਲਿਸਟ ਇਹਦੇ ਵਿੱਚ ਦਿੱਤੀ ਹੋਈ ਹੈ, ਤੁਸੀਂ ਦਿੱਤੇ ਹੋਏ ਪ੍ਰੋਗਰਾਮ ਮੁਤਾਬਕ ਸਾਰੇ ਪਹੁੰਚਿਓ ਅਤੇ ਆਪਾਂ ਸਾਰੀ ਗੱਲਬਾਤ ਇਸ ਸੰਬੰਧੀ ਕਰਾਂਗੇ। ਧੰਨਵਾਦ। ਬਕਾਇਦਾ ਪੂਰਾ ਸ਼ੈਡਿਊਲ ਜਾਰੀ ਹੋਇਆ ਹੈ। 5 ਮਈ ਨੂੰ ਸਿੱਧੂ ਮੂਸੇਵਾਲਾ ਦੇ ਪਿਤਾ ਫਿਲੌਰ, ਜਲੰਧਰ ਕੈਂਟ, ਨਕੋਦਰ ਤੇ ਸ਼ਾਹਕੋਟ 'ਚ ਲੋਕਾਂ ਨੂੰ ਅਪੀਲ ਕਰਦੇ ਨਜ਼ਰ ਆਉਣਗੇ ਤੇ ਦੂਜੇ ਦਿਨ ਕਰਤਾਰਪੁਰ, ਜਲੰਧਰ ਵੈਸਟ, ਆਦਮਪੁਰ ਤੇ ਜਲੰਧਰ ਸੈਂਟਰਲ 'ਚ ਨਜ਼ਰ ਆਉਣਗੇ। ਸਿੱਧੂ ਮੂਸੇਵਾਲਾ ਦਾ ਪਰਿਵਾਰ ਪੁੱਤ ਦੇ ਇਨਸਾਫ ਨੂੰ ਲੈ ਕੇ ਪਹਿਲਾਂ ਹੀ ਸਰਕਾਰ ਦੇ ਨਾਲ ਨਾਰਾਜ਼ਗੀ ਜ਼ਾਹਰ ਕਰ ਚੁੱਕਾ ਹੈ ਤੇ ਸਾਫ ਸ਼ਬਦਾਂ 'ਚ ਕਹਿ ਚੁੱਕੇ ਨੇ ਕਿ ਭਗਵੰਤ ਸਰਕਾਰ ਨੂੰ ਮੂੰਹ ਨਾ ਲਾਇਓ। ਸਾਡੇ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ, ਤੁਸੀਂ ਜਿਹੜੇ ਵੀ ਉਸ ਇਲਾਕੇ 'ਚ ਆਇਓ, ਇਹ ਸਾਡੀ ਤੁਹਾਡੇ ਤੋਂ ਹੈਲਪ ਹੀ ਹੋਣੀ ਹੈ। ਮੈਂ ਨਹੀਂ ਕਹਿੰਦਾ ਕਿਹਨੂੰ ਪਾਓ, ਪਰ ਇਹਨਾਂ ਦੇ ਖਿਲਾਫ ਜ਼ਰੂਰ ਤੋਂ ਇੱਕੋ ਹੀ ਤੁਹਾਡੇ ਚਰਨਾਂ 'ਚ ਬੇਨਤੀ ਹੈ, ਇਹ ਗਲਤ ਕਰ ਰਹੇ ਨੇ। ਇਹ ਜਦੋਂ ਵੋਟ ਪਾਉਣ ਜਾਓਗੇ ਆਪਦੇ ਜਵਾਨ ਪੁੱਤਰਾਂ ਦੇ ਚਿਹਰੇ ਵੱਲ ਨਿਗਾਹ ਮਾਰ ਲਿਓ। ਅਗਲੀ ਗੱਲ ਤੁਹਾਡੀ ਹੈ, ਤੁਹਾਡਾ ਜੋ ਵੀ ਫੈਸਲਾ ਹੋਵੇ, ਜੇ ਸਾਰਿਆਂ 'ਚ ਵੀ ਕੋਈ ਨਹੀਂ ਚੰਗਾ ਤਾਂ ਲੋਕਾਂ ਦਾ ਵੱਟ ਹੁੰਦਾ ਵੀ ਜੇ ਆਪਾਂ ਕਿਸੇ ਨੂੰ ਪਸੰਦ ਨਹੀਂ ਕਰਦੇ ਤਾਂ ਉਹ ਬਾਹਰ, ਪਰ ਇਹਨਾਂ ਵਾਲੇ ਨੂੰ ਤਾਂ ਹਰ ਜੀ ਨਹੀਂ ਪਾਉਂਦਾ, ਕਿਉਂਕਿ ਉਹਦੀ ਕੋਈ ਔਕਾਤ ਨਹੀਂ ਹੋਣੀ। ਉਹ ਦਿੱਲੀ ਵੱਲ ਤੋਂ ਪੁੱਛੇ ਤੋਂ ਬਿਨਾਂ ਇੱਕ ਸ਼ਬਦ ਵੀ ਬੋਲ ਸਕਦਾ, ਬੋਲ ਤਾਂ ਸਾਡੀ ਕੈਬਨਿਟ ਨਹੀਂ ਸਕਦੀ, ਕਿਸੇ ਦੀ ਹਿੰਮਤ ਨਹੀਂ। ਆਮ ਆਦਮੀ ਪਾਰਟੀ ਦੀ ਸਰਕਾਰ ਅੱਗੇ ਪਹਿਲਾਂ ਹੀ ਚੁਣੌਤੀਆਂ ਦੀ ਭਰਮਾਰ ਹੈ। 6 ਨੂੰ ਅਰਵਿੰਦ ਕੇਜਰੀਵਾਲ ਵੀ ਜਲੰਧਰ ਆ ਰਹੇ ਨੇ ਤੇ ਰੋਡ ਸ਼ੋਅ ਕਰਨਗੇ ਤੇ ਉਸੇ ਦਿਨ ਪਿਤਾ ਬਲਕੌਰ ਸਿੰਘ ਵੀ ਜਲੰਧਰ ਦੀਆਂ ਸੜਕਾਂ ਤੇ ਪੁੱਤ ਲਈ ਇਨਸਾਫ ਮੰਗਦੇ ਨਜ਼ਰ ਆਉਣਗੇ। ਮਾਨਸਾ ਤੋਂ ਪੰਜਾਬ ਤੱਕ ਦੇ ਲਈ ਇਹ ਖਬਰ ਭੇਜੀ ਹੈ ਅਮਰਜੀਤ ਸਿੰਘ ਨੇ।